ਆਮ ਤੌਰ 'ਤੇ ਕਿਸੇ ਦੇ ਚੜ੍ਹਾਈ ਕਰਨ 'ਤੇ ਚਲਾਣਾ ਕਰ ਜਾਣ 'ਤੇ ਭੋਗ 'ਤੇ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਪਰ ਇਸ ਦਾ ਭਾਵ ਕੁਝ ਹੋਰ ਹੈ ਸਤਿਗੁਰੂ ਕਹਿੰਦੇ ਜਿਸ ਤਰ੍ਹਾਂ ਬਰਫ਼ ਪਾਣੀ ਦਾ ਰੂਪ ਹੈ ਪਾਣੀ ਤੋਂ ਅਲੱਗ ਹੁੰਦੀ ਆ ਉਹ ਪਾਣੀ ਵਿੱਚ ਰਲਦੀ ਨਹੀਂ ਜੇ ਪਾਣੀ ਦੇ ਵਿੱਚ ਪਾਈਏ ਤਾਂ ਵੀ ਉੱਪਰ ਤੈਰੇਗੀ ਜਦੋਂ ਤੱਕ ਖੁਰ ਨਹੀਂ ਜਾਂਦੀ ਉਸਦਾ ਹੀ ਰੂਪ ਹੈ ਹੈ ਤਾਂ ਪਾਣੀ ਹੀ ਜਲ ਹੀ ਹੈ ਪਰ ਸਤਿਗੁਰੂ ਕਹਿੰਦੇ ਜਦੋਂ ਸੂਰਜ ਕਿਰਨ ਮਿਲੇ ਸੂਰਜ ਦੀ ਕਿਰਨ ਮਿਲੀ ਸੂਰਜ ਦੀ ਗਰਮੀ ਦੇ ਨਾਲ ਉਹਦੀ ਤਪਸ਼ ਦੇ ਨਾਲ ਉਹ ਬਰਫ਼ ਪਿਘਲ ਗਈ ਫਿਰ ਜਲ ਕਾ ਜਲ ਹੂਆ ਰਾਮ ਫਿਰ ਉਹ ਪਾਣੀ ਜਿਹੜਾ ਟਰੈਪ ਹੋਇਆ ਪਿਆ ਸੀ ਬਰਫ਼ ਬਣ ਕੇ ਉਹ ਪਾਣੀ 'ਚ ਰਲ ਗਿਆ ਉਦੋਂ ਤੱਕ ਨਹੀਂ ਸੀ ਰਲ ਰਿਹਾ ਉਦੋਂ ਤੱਕ ਆਪਣੇ ਆਪ ਨੂੰ ਅਲੱਗ ਬਣਾ ਕੇ ਬੈਠਾ ਸੀ ਅਲੱਗ ਹੈ ਉਹ ਪਾਣੀ ਦਾ ਹੀ ਰੂਪ ਸੀ ਪਰ ਉਹ ਪਾਣੀ ਤੋਂ ਅਲੱਗ ਹੋ ਕੇ ਅਲੱਗ ਵਿਚਰ ਰਿਹਾ ਸੀ ਉਸ ਦੇ ਵਿੱਚ ਰਲ ਨਹੀਂ ਸੀ ਪਾ ਰਿਹਾ ਜਦੋਂ ਸੂਰਜ ਦੀ ਕਿਰਨ ਮਿਲੀ ਉਹ ਜਲ ਜਿਹੜਾ ਜੰਮਿਆ ਹੋਇਆ ਸੀ ਉਹ ਪਾਣੀ ਬਣ ਕੇ ਉਸ ਜਲ ਦੇ ਨਾਲ ਰਲ ਗਿਆ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇਸੇ ਤਰ੍ਹਾਂ ਪਰਮਾਤਮਾ ਦੀ ਅੰਸ਼ ਅਸੀਂ ਸਾਡੇ ਅੰਦਰ ਉਸ ਪਰਮਾਤਮਾ ਦਾ ਹੀ ਅੰਸ਼ ਹੈ ਮਨ ਤੂੰ ਜੋਤ ਸਰੂਪ ਹੈ ਸਰੀਰ ਨਹੀਂ ਮੈਂ ਸਰੀਰ ਨਹੀਂ ਮੈਂ ਹੱਥ ਪੈਰ ਨਹੀਂ ਮੈਂ ਮਨ ਨਹੀਂ ਮੈਂ ਕੌਣ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼੍ਰੀ ਮੁਖਵਾਕ ਸਤਿਗੁਰੂ ਸਾਨੂੰ ਦੱਸਦੇ ਨੇ ਅਸੀਂ ਕੌਣ ਹਾਂ ਮਨ ਤੂੰ ਜੋਤ ਸਰੂਪ ਹੈ ਤੂੰ ਜੋਤੀ ਸਰੂਪ ਹੈ ਪਰਮਾਤਮਾ ਦਾ ਰੂਪ ਹੈ ਆਪਣਾ ਮੂਲ ਪਛਾਣ ਆਪਣੀ ਪਹਿਚਾਣ ਕਰ ਐਵੇਂ ਡਰਦਾ ਨਾ ਫਿਰ ਇਹ ਸਰੀਰ ਇਹ ਤੂੰ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਸ ਦਿਨ ਉਸਦੀ ਪਛਾਣ ਹੋਈ ਗੁਰੂ ਸ਼ਬਦ ਉਸ ਸੂਰਜ ਦੇ ਵਾਂਗ ਜਦੋਂ ਚਮਕਿਆ ਅਤੇ ਉਹਦੀ ਰੋਸ਼ਨੀ ਦੇ ਨਾਲ ਗੁਰੂ ਸ਼ਬਦ ਦੀ ਤਾਕਤ ਦੇ ਨਾਲ ਜਦੋਂ ਮਨ ਪਿਘਲਿਆ ਤਾਂ ਜੋਤੀ ਜੋਤ ਰਲੀ ਸਮਝ ਆਇਆ ਕਿ ਮੈਂ ਤਾਂ ਜੋਤ ਸਰੂਪ ਹਾਂ ਮੈਂ ਕਿਉਂ ਡਰਦਾ ਹਾਂ ਮੈਂ ਕਿਉਂ ਖੌਫ ਖਾਵਾਂ ਮੈਂ ਤਾਂ ਜੋਤੀ ਸਰੂਪ ਹਾਂ ਪਰਮਾਤਮਾ ਦਾ ਰੂਪ ਹਾਂ ਕਹਿੰਦੇ ਮਤ ਐਸੀ ਫਿਰੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਬਾਣੀ ਵਿੱਚ ਬਚਨ ਕਰਦੇ ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਏ ਸੰਸਾਰ ਦੇ ਵਿੱਚ ਲਿਵ ਲੱਗੀ ਹੋਈ ਸੀ ਪਰਮਾਤਮਾ ਦੇ ਨਾਲ ਜਿੱਦਾਂ ਹੀ ਪ੍ਰਗਟ ਹੋ ਗਏ ਜਿੱਦਾਂ ਹੀ ਪੈਰ ਧਰਿਆ ਲਿਵ ਛੁੜਕੀ ਲਿਵ ਟੁੱਟ ਗਈ ਪਰਮਾਤਮਾ ਦਾ ਚੇਤਾ ਭੁੱਲ ਗਿਆ ਤ੍ਰਿਸ਼ਨਾ ਲੱਗ ਗਈ ਵਿਕਾਰ ਲੱਗ ਗਏ ਪਰਮਾਤਮਾ ਭੁੱਲ ਗਿਆ ਚੇਤਾ ਹੀ ਭੁੱਲ ਗਿਆ ਕਿ ਮੈਂ ਕੌਣ ਸੀ ਚੇਤਾ ਹੀ ਭੁੱਲ ਗਿਆ ਕਿੱਥੋਂ ਆਇਆ ਕੀ ਕਰਨ ਆਇਆ ਯਾਦ ਹੀ ਨਹੀਂ ਰਿਹਾ ਅਤੇ ਸਤਿਗੁਰੂ ਚੇਤਾ ਕਰਾਉਂਦੇ ਨੇ ਮਨ ਤੂੰ ਜੋਤ ਸਰੂਪ ਹੈ ਤੂੰ ਪਰਮਾਤਮਾ ਦਾ ਰੂਪ ਹੈ ਆਪਣਾ ਮੂਲ ਪਛਾਣ ਆ ਦੋ ਦੋ ਚੀਜ਼ਾਂ ਪਿੱਛੇ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਰੋਂਦਾ ਕੁਰਲਾਉਂਦਾ ਡਰਦਾ ਤੂੰ ਇਹ ਨਹੀਂ ਇਹ ਸਰੀਰ ਦੇ ਸੁੱਖਾਂ ਦੇ ਪਿੱਛੇ ਪਰੇਸ਼ਾਨ ਹੁੰਦਾ ਫਿਰਦਾ ਤੂੰ ਸਰੀਰ ਨਹੀਂ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਤੇਰੇ ਕੋਲ ਤਾਂ ਸਾਰੇ ਹੀ ਖਜ਼ਾਨੇ ਨੇ ਜਿਸ ਪਰਮਾਤਮਾ ਕੋਲ ਜਾ ਕੇ ਅਸੀਂ ਮੰਗਦੇ ਹਾਂ ਉਹ ਤਾਂ ਅੰਦਰ ਹੈ ਉਹਦੇ ਸਾਰੇ ਖਜ਼ਾਨੇ ਅੰਦਰ ਨੇ ਸਭ ਕੁਛ ਘਰ ਮੈਂ ਬਾਹਰ ਨਾ ਹੀ ਬਾਹਰ ਟੋਲਾ ਸੋ ਭਰਮ ਭੁੱਲਾ ਹੀ ਜਿਹੜਾ ਬਾਹਰ ਲੱਭ ਰਿਹਾ ਉਹ ਤਾਂ ਭਰਮਾਂ ਵਿੱਚ ਭਟਕ ਰਿਹਾ ਹੈ ਉਹ ਭਰਮਾਂ ਵਿੱਚ ਭਟਕ ਰਿਹਾ ਹੈ ਸਤਿਗੁਰੂ ਕਹਿੰਦੇ ਉਸ ਭੁਲੇਖੇ ਨੂੰ ਦੂਰ ਕਰ ਅਤੇ ਅੰਦਰ ਨੂੰ ਆ ਜਦੋਂ ਗੁਰੂ ਦੇ ਗਿਆਨ ਦੇ ਨਾਲ ਜੰਮਿਆ ਹੋਇਆ ਮਨ ਪਿਘਲਿਆ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਹੁਣ ਸੰਪੂਰਨ ਹੋ ਗਿਆ ਕੈਸਾ ਸੰਪੂਰਨ ਹੋਇਆ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ ਜਿਨ੍ਹਾਂ ਨਾ ਵਿਸਰੈ ਨਾ ਸੇ ਕਿਨੇ ਹਿਆ ਭੇਦ ਨਾ ਜਾਣੋ ਮੂਲ ਸਾਈਂ ਜੇ ਹਿਆ ਉਹ ਸੰਪੂਰਨ ਹੋ ਗਿਆ ਸਾਈਂ ਵਰਗਾ ਹੀ ਹੋ ਗਿਆ ਹੁਣ ਡਰ ਨਹੀਂ ਹੁਣ ਫਿਕਰ ਨਹੀਂ ਹੁਣ ਕਿਤੇ ਲੱਭਣ ਨਹੀਂ ਜਾਣਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਤੇ ਮੇਰੇ ਅੰਦਰ ਹੈ ਸੁੱਖ ਸੁੱਖ ਮੇਰੇ ਅੰਦਰ ਹੈ ਚੈਨ ਮੇਰੇ ਅੰਦਰ ਹੈ ਮੈਨੂੰ ਬਾਹਰ ਲੱਭਣ ਦੀ ਲੋੜ ਹੀ ਨਹੀਂ ਬਾਹਰ ਨਹੀਂ
ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਅਤੇ ਬਾਬਾ ਫਰੀਦ ਜੀ ਨੇ ਕਿਹਾ ਫਿਰ ਐਸਾ ਸਬਰ ਅੰਦਰ ਆਇਆ, ਇੰਨਾ ਸੰਤੋਖ ਅੰਦਰ ਬਣ ਗਿਆ ਗੁਰੂ ਦੇ ਗਿਆਨ ਦੇ ਨਾਲ ਕਿ ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਣ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿੱਸੇ ਦੇਣ। ਫਿਰ ਇੰਨੇ ਨਜ਼ਦੀਕ ਹੋ ਗਏ ਖੁਦਾ ਦੇ, ਅੱਲਾ ਦੇ, ਵਾਹਿਗੁਰੂ ਰੱਬ ਪਰਮੇਸ਼ਰ ਦੇ। ਸਤਿਗੁਰੂ ਕਹਿੰਦੇ ਜਦੋਂ ਐਸੀ ਅਵਸਥਾ ਆਵੇ, ਜਦੋਂ ਭਰਮ ਟੁੱਟ ਗਿਆ ਕਿ ਬਾਹਰ ਰੱਖਿਆ ਕੁਝ, ਜਿੱਦਣ ਸਮਝ ਆ ਗਈ ਕਿ ਅੰਦਰ ਹੀ ਹੈ, ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀ ਹੈ। ਹਰ ਜਗ੍ਹਾ ਉਹੀ ਹੈ, ਅੰਦਰ ਬਾਹਰ ਹਰ ਪ੍ਰਭ ਏਕੋ, ਅੰਤਰ ਬਾਹਰ ਸਭ ਜਗ੍ਹਾ ਉਸ ਵਾਹਿਗੁਰੂ ਦਾ ਖੇਡ, ਉਹਦੇ ਹੀ ਕੌਤਕ। ਇਹ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ। ਫਿਰ ਸਾਰਾ ਹੀ ਉਸਦਾ ਰੂਪ ਨਜ਼ਰ ਆਉਣ ਲੱਗ ਗਿਆ, ਸਾਰਾ ਕੁਝ ਹੀ। ਹੁਣ ਡਰ ਨਹੀਂ, ਹੁਣ ਫਿਕਰ ਨਹੀਂ,